ਗੈਟਿੰਗ ਯੂਰ ਲਾਇਸੈਂਸ ਇਨ ਕੁਈਨਸਲੈਂਡ ਉਹਦੇ ਪਾਰਟ 2 ਦੇ ਵਿੱਚ ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਪਾਰਟ 2 ਨੂੰ ਆਪਾਂ ਡਿਫਰੈਂਟ ਪਾਰਟਸ ਦੇ ਵਿੱਚ ਵੰਡਿਆ ਹੋਇਆ ਹੈ। ਪਿਛਲੇ ਪਾਰਟ ਦੇ ਵਿੱਚ ਆਪਾਂ ਰੈਗੂਲੇਟਰੀ ਸਾਈਨ ਬਾਰੇ ਡਿਸਕਸ ਕੀਤਾ ਸੀ, ਉਹ ਕਿ ਆਪਾਂ ਉਹ ਇਸ ਪਾਰਟ ਦੇ ਵਿੱਚ ਆਪਾਂ ਅੱਗੇ ਹੋਰ ਕੰਟੀਨਿਊ ਕਰ ਰਹੇ ਹਾਂ। ਪਿਛਲੇ ਪਾਰਟ ਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਇਹ ਸਾਰੇ ਸਾਈਨ, ਸਟੋਪ, ਗਿਵ ਵੇ, ਰਾਊਂਡ ਅਬਾਊਟ, ਯੂ ਟਰਨ, ਨੋ ਟਰਨ, ਨੋ ਲੈਫਟ ਟਰਨ, ਨੋ ਰਾਈਟ ਟਰਨ, ਟੂ ਵੇ, ਵਨ ਵੇ, ਕੀਪ ਲੈਫਟ। ਅੱਗੇ ਆਪਣਾ ਆ ਜਾਂਦਾ ਹੈ ਨੋ ਓਵਰਟੇਕਿੰਗ ਔਰ ਪਾਸਿੰਗ, ਨੋ ਓਵਰਟੇਕਿੰਗ ਔਨ ਬ੍ਰਿਜ, ਨੋ ਓਵਰਟੇਕਿੰਗ ਔਰ ਪਾਸਿੰਗ ਨੈਕਸਟ ਸਰਟਨ ਕਿਲੋਮੀਟਰ, ਨੋ ਓਵਰਟੇਕਿੰਗ ਔਰ ਪਾਸਿੰਗ ਐਂਡ। ਹੁਣ ਇਹ ਸਾਈਨ ਸੈਲਫ ਐਕਸਪਲੇਨੇਟਰੀ ਨੇ, ਨੋ ਓਵਰਟੇਕਿੰਗ ਔਰ ਪਾਸਿੰਗ। ਹੁਣ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਆ ਸੋਲਿਡ ਲਾਈਨ ਹੈ ਇਹਦੇ ਤੋਂ ਆਪਾਂ ਓਵਰਟੇਕ ਜਾਂ ਪਾਸ ਨਹੀਂ ਕਰ ਸਕਦੇ। ਹੁਣ ਇਹ ਟੂ ਵੇ ਰੋਡ ਹੈ, ਇੱਕ ਡਾਇਰੈਕਸ਼ਨ ਇਹ ਹੈ ਅਤੇ ਦੂਸਰੀ ਡਾਇਰੈਕਸ਼ਨ ਇਹ ਹੈ। ਇਸ ਦੇ ਵਿੱਚ ਜੇਕਰ ਇਹ ਸਾਈਡ ਖਾਲੀ ਹੈ, ਜੇ ਗੱਡੀ ਨਹੀਂ ਹੈਗੀ, ਯੈਲੋ ਕਾਰ ਦੀ ਜੇਕਰ ਗੱਡੀ ਨਹੀਂ ਹੈਗੀ, ਤਾਂ ਇਹ ਰੈੱਡ ਕਾਰ ਇਸ ਸੋਲਿਡ ਲਾਈਨ ਨੂੰ ਕ੍ਰੋਸ ਕਰਕੇ ਇਸ ਯੈਲੋ ਕਾਰ ਨੂੰ ਓਵਰਟੇਕ ਨਹੀਂ ਕਰ ਸਕਦੀ, ਕਿਉਂਕਿ ਇੱਥੇ ਸੋਲਿਡ ਲਾਈਨ ਹੈ। ਮੀਨਸ ਜੇਕਰ ਇੱਥੇ ਬੋਰਡ ਲੱਗਾ ਹੋਇਆ ਹੈ ਨੋ ਓਵਰਟੇਕਿੰਗ ਔਰ ਪਾਸਿੰਗ। ਨੈਕਸਟ ਆਪਣਾ ਬੋਰਡ ਆ ਜਾਂਦਾ ਸੀ ਨੋ ਓਵਰਟੇਕਿੰਗ ਔਨ ਬ੍ਰਿਜ। ਤੁਸੀਂ ਉਸ ਦੇ ਵਿੱਚ ਦੇਖ ਸਕਦੇ ਹੋ, ਫੋਰ ਐਗਜ਼ਾਮਪਲ ਇਹ ਜੋ ਹੈ ਬ੍ਰਿਜ ਹੈ। ਦੂਸਰਾ ਨੰਬਰ ਤੁਸੀਂ ਇਹ ਵੀ ਦੇਖ ਸਕਦੇ ਕਿ ਇੱਥੇ ਦੋ ਸੋਲਿਡ ਲਾਈਨ ਨੇ, ਇਹਦਾ ਮਤਲਬ ਨਾ ਤਾਂ ਇਹ ਗੱਡੀ ਓਵਰਟੇਕ ਕਰ ਸਕਦੀ ਹੈ ਆਪਣੀ ਫਰੰਟ ਵਾਲੀ ਕਾਰ ਨੂੰ, ਐਂਡ ਨਾ ਹੀ ਇਹ ਰੈੱਡ ਕਾਰ ਓਵਰਟੇਕ ਕਰ ਸਕਦੀ ਹੈ ਜਦ ਤੱਕ ਇਹ ਬ੍ਰਿਜ ਹੈ। ਸੋ ਜਿੱਥੇ ਵੀ ਇਹ ਸਾਈਨ ਹੋਣਗੇ ਨੋ ਓਵਰਟੇਕਿੰਗ ਔਰ ਪਾਸਿੰਗ ਦੇ, ਉਹਦੇ ਨਾਲ ਨਾਲ ਸੋਲਿਡ ਲਾਈਨ ਵੀ ਜ਼ਰੂਰ ਹੋਏਗੀ, ਡਬਲ ਸੋਲਿਡ ਲਾਈਨ ਜਾਂ ਸਿੰਗਲ ਸੋਲਿਡ ਲਾਈਨ। ਅੱਗੇ ਆਪਾਂ ਦੇਖ ਸਕਦੇ ਹਾਂ ਨੋ ਓਵਰਟੇਕਿੰਗ ਔਰ ਪਾਸਿੰਗ ਨੈਕਸਟ ਫੋਰ ਐਗਜ਼ਾਮਪਲ 5 ਕਿਲੋਮੀਟਰ, ਤਾਂ ਨੈਕਸਟ 5 ਕਿਲੋਮੀਟਰ ਤੱਕ ਆਪਾਂ ਨੂੰ ਇਹ ਸੋਲਿਡ ਲਾਈਨ ਮਿਲੇਗੀ, ਡਬਲ ਸੋਲਿਡ ਲਾਈਨ। ਅਤੇ ਜਦ ਉਹ 5 ਕਿਲੋਮੀਟਰ ਐਂਡ ਹੋ ਜਾਣਗੇ ਤਾਂ ਅੱਗੇ ਇਹ ਬੋਰਡ ਆਏਗਾ ਨੋ ਓਵਰਟੇਕਿੰਗ ਔਰ ਪਾਸਿੰਗ ਐਂਡ, ਮਤਲਬ ਇੱਥੇ ਨੋ ਓਵਰਟੇਕਿੰਗ ਔਰ ਪਾਸਿੰਗ ਐਂਡ ਹੋ ਚੁੱਕੀ ਹੈ, ਤਾਂ ਉੱਥੇ ਆਪਾਂ ਨੂੰ ਸਿੰਪਲ ਡੋਟਡ ਲਾਈਨ ਮਿਲੇਗੀ। ਹੁਣ ਇਸ ਐਗਜ਼ਾਮਪਲ ਦੇ ਵਿੱਚ ਇਹ ਰੈੱਡ ਕਾਰ ਓਵਰਟੇਕ ਕਰ ਸਕਦੀ ਹੈ ਕਿਉਂਕਿ ਇਹਦੀ ਵਾਲੀ ਸਾਈਡ ਬ੍ਰੋਕਨ ਲਾਈਨ ਹੈ, ਬਟ ਇਹ ਯੈਲੋ ਕਾਰ ਓਵਰਟੇਕ ਨਹੀਂ ਕਰ ਸਕਦੀ ਕਿਉਂਕਿ ਇਹਦੇ ਵਾਲੀ ਸਾਈਡ ਸੋਲਿਡ ਲਾਈਨ ਹੈ ਜਾਂ ਅਨਬ੍ਰੋਕਨ ਲਾਈਨ ਹੈ। ਅੱਗੇ ਆਪਣਾ ਆ ਜਾਂਦਾ ਹੈ ਟਰੱਕ ਐਂਡ ਬੱਸਿਸ ਮਸਟ ਯੂਜ਼ ਲੋ ਗੇਅਰ। ਜਿੱਥੇ ਕਿਤੇ ਬਹੁਤ ਹੀ ਜ਼ਿਆਦਾ ਢਲਾਨ ਹੁੰਦੀ ਹੈ ਉੱਥੇ ਬ੍ਰੇਕ ਦੇ ਉੱਤੇ ਰਿਲਾਈ, ਜਸਟ ਬ੍ਰੇਕ ਦੇ ਉੱਤੇ ਰਿਲਾਈ ਨਹੀਂ ਕਰ ਸਕਦੇ, ਤਾਂ ਇਸ ਕਰਕੇ ਜੇ ਆਪਾਂ ਛੋਟੇ ਗੇਅਰ ਦੇ ਵਿੱਚ ਜਾ ਰਹੇ ਹਾਂ ਤਾਂ ਆਟੋਮੈਟਿਕਲੀ ਆਪਣਾ ਟਰੱਕ ਜਾਂ ਕਾਰ ਜਾਂ ਬੱਸ ਉਹ ਸਲੋ ਸਪੀਡ ਜਾਣਗੇ। ਇਸ ਲਈ ਉੱਥੇ ਲਿਖਿਆ ਹੁੰਦਾ ਹੈ ਕਿ ਟਰੱਕ ਐਂਡ ਬੱਸਿਸ ਮਸਟ ਯੂਜ਼ ਲੋ ਗੇਅਰ, ਕਿ ਉਹਨਾਂ ਨੂੰ ਲੋ ਗੇਅਰ ਯੂਜ਼ ਕਰਨਾ ਉਹਨਾਂ ਦੇ ਲਈ ਮਸਟ ਹੈ। ਕੀਪ ਲੈਫਟ ਅਨਲੈਸ ਓਵਰਟੇਕਿੰਗ, ਕਿ ਤੁਸੀਂ ਲੈਫਟ ਸਾਈਡ 'ਤੇ ਰੱਖਣਾ ਹੈ ਅਨਲੈਸ ਤੁਸੀਂ ਓਵਰਟੇਕ ਕਰ ਰਹੇ ਹੋ। ਨੈਕਸਟ ਐਗਜ਼ਾਮਪਲ ਦੇ ਵਿੱਚ ਇਹ 4-lane ਹਾਈਵੇ ਹੈ, ਆਪਾਂ ਇਸ ਡਾਇਰੈਕਸ਼ਨ ਦੇ ਵਿੱਚ ਜਾ ਰਹੇ ਹਾਂ, ਜਿਸ ਡਾਇਰੈਕਸ਼ਨ ਦੇ ਵਿੱਚ ਐਰੋ ਹੈ ਇੱਧਰਲੀ ਸਾਈਡ ਵੀ ਇੱਕ 4-lane ਸੜਕ ਹੋਏਗੀ ਜਿਹੜੀ ਕਿ ਇਸ ਡਾਇਰੈਕਸ਼ਨ 'ਚ ਟਰੈਵਲ ਕਰਨਗੇ। ਹੁਣ ਇੱਥੇ ਦੇ ਵਿੱਚ ਕੀ ਹੈ, ਕੀਪ ਲੈਫਟ ਅਨਲੈਸ ਓਵਰਟੇਕਿੰਗ। ਹੁਣ ਤੁਸੀਂ ਦੇਖ ਸਕਦੇ ਹੋ 3 ਗੱਡੀਆਂ ਲੈਫਟ ਲੇਨ ਵਿੱਚ ਜਾ ਰਹੀਆਂ ਨੇ। ਹੁਣ ਜੇਕਰ ਇਹ 2 ਗੱਡੀਆਂ ਸਲੋ ਹੋ ਜਾਣ ਤਾਂ ਰੈੱਡ ਗੱਡੀ ਉਹਨਾਂ ਨੂੰ ਓਵਰਟੇਕ ਕਰ ਸਕਦੀ ਹੈ, ਬਟ ਓਵਰਟੇਕ ਕਰਨ ਤੋਂ ਬਾਅਦ ਉਹਨੂੰ ਫਿਰ ਵਾਪਸ ਲੈਫਟ ਲੇਨ ਦੇ ਵਿੱਚ ਆਉਣਾ ਪਏਗਾ। ਇਹ ਸਾਈਨ ਤੁਹਾਨੂੰ ਜ਼ਿਆਦਾਤਰ ਹਾਈਵੇ 'ਤੇ ਮਿਲੇਗਾ, ਲੌਂਗ ਡਰਾਈਵ 'ਤੇ ਇਹ ਸਾਈਨ ਤੁਹਾਨੂੰ ਮਿਲੇਗਾ। ਉਸਦਾ ਕਾਰਨ ਇਹ ਹੈ ਕਿ ਜਿਹੜੀ ਟ੍ਰੈਫਿਕ ਹੈ ਉਹ ਬਲੋਕ ਨਾ ਹੋਏ ਅਤੇ ਜਿਹੜੀ ਸਲੋ ਟ੍ਰੈਫਿਕ ਉਹ ਲੈਫਟ ਲੇਨ ਦੇ ਵਿੱਚ ਰਹੇ ਅਤੇ ਜਿਹੜੀ ਫਾਸਟ ਟ੍ਰੈਫਿਕ ਹੈ ਉਹ ਰਾਈਟ ਲੇਨ 'ਚ ਹੋਵੇ ਅਤੇ ਰਾਈਟ ਲੇਨ ਹਮੇਸ਼ਾ ਕਲੀਅਰ ਰਹੇ। ਅੱਗੇ ਇਹ ਵੀ ਸਾਈਨ ਸੈਲਫ ਐਕਸਪਲੇਨੇਟਰੀ ਨੇ। 60 ਦੇ ਜ਼ੋਨ ਦੇ ਵਿੱਚ ਇੱਥੇ ਤੁਸੀਂ ਸਪੀਡ ਆਪਣੀ 60 'ਤੇ ਰੱਖਣੀ ਹੈ, 40 ਏਰੀਏ ਦੇ ਵਿੱਚ ਆਪਣੀ ਤੁਸੀਂ ਸਪੀਡ 40 ਕਿਲੋਮੀਟਰ ਪਰ ਆਵਰ 'ਤੇ ਰੱਖਣੀ ਹੈ। ਇੱਥੇ ਅੱਗੇ ਹੀ ਨੀਚੇ ਕਿਹਾ ਹੋਇਆ ਕਿ ਜਦ ਇਹ 60 ਦਾ ਏਰੀਆ ਐਂਡ ਹੋ ਜਾਏਗਾ ਤਾਂ ਅੱਗੇ ਲਿਖਿਆ ਹੋਏਗਾ ਐਂਡ 60। ਮੀਨਜ਼ ਫੋਰ ਐਗਜ਼ਾਮਪਲ ਤੁਸੀਂ 80 ਦੀ ਸਪੀਡ 'ਤੇ ਜਾ ਰਹੇ ਸੀ, ਮਤਲਬ 80 ਦਾ ਜ਼ੋਨ ਸੀ 80 ਕਿਲੋਮੀਟਰ ਪਰ ਆਵਰ ਦਾ, ਅੱਗੇ ਕੋਈ ਸਬਰਬ ਆ ਗਿਆ, ਸਬਰਬ ਦੇ ਵਿੱਚ ਜਿਹੜੀ ਸਪੀਡ ਉਹ 60 ਕਿਲੋਮੀਟਰ ਪਰ ਆਵਰ ਦੀ ਆ ਗਈ, ਤਾਂ ਜਦ ਸਬਰਬ ਫਿਨਿਸ਼ ਹੋ ਜਾਏਗਾ ਉਸ ਤੋਂ ਬਾਅਦ ਜਿਹੜੀ ਸਪੀਡ ਹੈ ਉਹ ਦੁਬਾਰਾ 80 ਕਿਲੋਮੀਟਰ 'ਤੇ ਹੋ ਜਾਏਗੀ। ਤਾਂ ਉੱਥੇ ਬੋਰਡ ਲੱਗਾਏਗਾ ਕਿ ਹੁਣ ਐਂਡ 60, ਮੀਨਜ਼ ਹੁਣ 60 ਕਿਲੋਮੀਟਰ ਪਰ ਆਵਰ ਦੀ ਸਪੀਡ ਐਂਡ ਹੋ ਚੁੱਕੀ ਹੈ, ਹੁਣ ਤੁਸੀਂ ਵਾਪਸ 80 ਕਿਲੋਮੀਟਰ ਪਰ ਆਵਰ 'ਤੇ ਜਾ ਸਕਦੇ। ਇਸੇ ਤਰ੍ਹਾਂ
ਜੇਕਰ 40 ਦਾ ਜ਼ੋਨ ਆ ਗਿਆ ਹੈ ਜਿੱਦਾਂ ਤੁਸੀਂ ਨੋਰਮਲ ਰੋਡ 'ਤੇ ਜਾ ਰਹੇ ਹੋ 60 ਕਿਲੋਮੀਟਰ ਪਰ ਆਵਰ 'ਤੇ, ਅੱਗੇ ਥੋੜ੍ਹਾ ਜਿਹਾ ਟਾਊਨ ਸੈਂਟਰ ਟਾਈਪ ਆ ਗਿਆ ਕਿ ਉੱਥੇ ਬਹੁਤ ਜ਼ਿਆਦਾ ਸ਼ੇਅਰਡ ਪੈਡੀਸਟ੍ਰੇਸ਼ਨ ਪੈਡੀਸਟ੍ਰੇਨ ਤੁਹਾਨੂੰ ਮਿਲਣਗੇ, ਲੋਕ ਵੋਕ ਕਰਦੇ ਮਿਲਣਗੇ, ਤਾਂ ਉਹ ਥੋੜ੍ਹੇ ਜਿਹੇ ਏਰੀਏ ਦੇ ਵਿੱਚ ਫੋਰ ਇਗਜ਼ਾਮਪਲ ਇਹ ਰੋਡ ਜਾ ਰਿਹਾ ਤਾਂ ਇੱਥੇ ਥੋੜ੍ਹੀਆਂ ਸ਼ੋਪਸ ਨੇ ਸਾਰੀਆਂ, ਤਾਂ ਇਸ ਏਰੀਏ ਦੇ ਵਿੱਚ ਤੁਹਾਨੂੰ ਇਹ ਸਾਈਨ ਮਿਲੇਗਾ 40 ਏਰੀਆ ਹਾਈ ਐਕਟੀਵਿਟੀ ਏਰੀਆ, ਉੱਥੇ ਤੁਸੀਂ ਆਪਣੀ ਸਪੀਡ 40 ਰੱਖਣੀ ਹੈ। ਉਸ ਤੋਂ ਬਾਅਦ ਜਦੋਂ ਇਹ ਏਰੀਆ ਖਤਮ ਹੋ ਜਾਏਗਾ ਤਾਂ ਤੁਹਾਨੂੰ ਇਹ ਬੋਰਡ ਮਿਲੇਗਾ, ਇਹ ਏਰੀਆ ਹੁਣ ਖਤਮ ਹੋ ਚੁੱਕਿਆ, ਇੱਥੇ ਤੁਸੀਂ ਵਾਪਸ ਆਪਣੀ ਸਪੀਡ ਜੋ ਵੀ ਪਹਿਲਾਂ ਤੋਂ ਸਪੀਡ ਚੱਲਦੀ ਆਏਗੀ ਉਸ ਸ਼ੋਪਸ ਹੋਣ ਤੋਂ ਪਹਿਲਾਂ 70, 40, 70, 60 ਜਾਂ 80 ਤੁਸੀਂ ਵਾਪਸ ਇੱਥੇ ਜਾ ਕੇ ਆਪਣੀ ਸਪੀਡ ਨੋਰਮਲ ਕੰਟੀਨਿਊ ਕਰ ਸਕਦੇ। ਸਕੂਲ ਜ਼ੋਨ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸਕੂਲ ਜ਼ੋਨ ਦੀ ਜੋ ਟਾਈਮਿੰਗ ਹੈ ਨੀ ਕੁਈਨਸਲੈਂਡ ਦੇ ਵਿੱਚ, ਬ੍ਰਿਸਬੇਨ ਦੇ ਵਿੱਚ, ਉਹ ਹੈ ਸਵੇਰੇ 7 ਵਜੇ ਤੋਂ ਲੈ ਕੇ ਸਵੇਰੇ 9 ਵਜੇ ਤੱਕ, ਦੁਪਹਿਰੇ 2 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ। ਇਸ ਟਾਈਮ ਦੇ ਦੌਰਾਨ ਤੁਸੀਂ ਜੋ ਆਪਣੀ ਸਪੀਡ ਹੈ ਉਹ 40 ਕਿਲੋਮੀਟਰ ਪਰ ਆਵਰ ਰੱਖਣੀ ਹੈ। ਫੋਰ ਇਗਜ਼ਾਮਪਲ ਇਹ ਰੋਡ ਹੈ, ਇਹ ਸਕੂਲ ਹੈ ਇਨ ਏਰੀਏ ਦੇ ਵਿੱਚ, ਤਾਂ ਸਕੂਲ ਜ਼ੋਨ ਦੀ ਸਟਾਰਟਿੰਗ ਤਕਰੀਬਨ ਇੱਥੋਂ ਹੋਏਗੀ ਅਤੇ ਇੱਥੇ ਖਤਮ ਹੋਏਗੀ। ਸੋ ਇਸ ਏਰੀਏ ਦੇ ਵਿੱਚ ਜੋ ਤੁਹਾਡੀ ਸਪੀਡ ਹੈ ਇਸ ਟਾਈਮ ਦੇ ਦੌਰਾਨ, ਉਹ ਤੁਹਾਡੀ ਸਪੀਡ 40 ਕਿਲੋਮੀਟਰ ਪਰ ਆਵਰ ਹੋਣੀ ਚਾਹੀਦੀ ਹੈ। ਉਹਦਾ ਹੋਰ ਇਹ ਸਾਈਨ ਹੈ ਕਿ ਇਹ ਲਾਈਟ ਇੱਦਾਂ ਫਲੈਸ਼ ਕਰਦੀ ਹੋਏਗੀ, ਜਦ ਵੀ ਇਹ ਤੁਸੀਂ ਸਕੂਲ ਜ਼ੋਨ ਦੇ ਵਿੱਚ ਐਂਟਰ ਹੋਵੋਗੇ ਇੱਥੇ ਲਾਈਟਾਂ ਟਾਈਪ ਲੱਗੀਆਂ ਹੋਣਗੀਆਂ, ਉਹ ਫਲੈਸ਼ ਕਰਦੀਆਂ ਹੋਣਗੀਆਂ, ਤੁਹਾਨੂੰ ਪਤਾ ਚੱਲ ਜਾਏਗਾ ਕਿ ਸਕੂਲ ਜ਼ੋਨ ਮਤਲਬ ਐਕਟਿਵ ਹੈ, ਅਤੇ ਦੂਸਰੀਆਂ ਗੱਡੀਆਂ ਵੀ ਤੁਹਾਨੂੰ ਦਿਖਣਗੀਆਂ ਵੀ ਉਹ ਸਲੋ ਸਪੀਡ ਦੇ ਵਿੱਚ ਜਾ ਰਹੀਆਂ ਨੇ। ਸ਼ੇਅਰਡ ਜ਼ੋਨ, ਇਹ ਸਾਈਨ ਜ਼ਿਆਦਾਤਰ ਕਾਰ ਪਾਰਕ ਦੇ ਵਿੱਚ ਹੁੰਦਾ ਹੈ ਜਾਂ ਜਿੱਥੇ ਪੈਡੀਸਟ੍ਰੇਨ ਕਰੋਸਿੰਗ ਹੁੰਦੀ ਹੈ, ਜੈਬਰਾ ਕਰੋਸਿੰਗ ਵੀ ਇੰਡੀਆ ਦੇ ਵਿੱਚ ਕਹਿ ਦਿੰਦੇ ਨੇ। ਇਹਦੇ ਮਤਲਬ ਕਿ ਉਸ ਏਰੀਏ ਦੇ ਵਿੱਚ ਤੁਸੀਂ ਜੋ ਆਪਣੀ ਸਪੀਡ ਹੈ ਉਹ 10 ਕਿਲੋਮੀਟਰ ਪਰ ਆਵਰ 'ਤੇ ਹੀ ਰੱਖਣੀ ਹੈ। ਸੇਮ ਹੀ ਐਂਡ ਸ਼ੇਅਰਡ ਜ਼ੋਨ ਕਿ ਉਹ ਸਪੀਡ ਲਿਮਿਟ, ਮੰਨ ਲਓ ਇੰਨਾ ਕੁ ਏਰੀਆ ਸ਼ੇਅਰਡ ਜ਼ੋਨ ਸੀ, ਇਹ ਰੋਡ ਹੈ, ਇਹ ਸ਼ੇਅਰਡ ਜ਼ੋਨ ਸੀ ਇੰਨਾ ਕੁ ਏਰੀਆ, ਤੁਸੀਂ ਇੱਥੇ 50 ਕਿਲੋਮੀਟਰ ਪਰ ਆਵਰ 'ਤੇ ਆ ਰਹੇ ਸੀ, ਤੁਸੀਂ ਇੱਥੇ ਲੰਘੇ, ਇੱਥੇ 10 ਕਿਲੋਮੀਟਰ ਤੁਸੀਂ ਕਰ ਲਈ, ਫਿਰ ਜਦੋਂ ਇਹ ਵਾਪਸ ਆ ਗਿਆ ਤਾਂ ਤੁਹਾਨੂੰ ਇਹ ਬੋਰਡ ਮਿਲੇਗਾ ਇੱਥੇ, ਜਿਹੜਾ ਉਹ ਏਰੀਆ ਉਹ ਐਂਡ ਹੋ ਚੁੱਕਿਆ ਅਤੇ ਤੁਸੀਂ ਨੋਰਮਲ ਹੁਣ ਆਪਣੀ 50 ਕਿਲੋਮੀਟਰ ਆਵਰ 'ਤੇ ਜਾ ਸਕਦੇ ਹੋ। ਹਾਂ, ਜਿੱਦਾਂ ਪਹਿਲਾਂ ਮੈਂ ਕਿਹਾ ਕਿ ਰੈਗੂਲੇਟਰੀ ਸਾਈਨ ਨੇ ਜਿਹੜੇ ਕਿ ਇਹ ਤੁਹਾਨੂੰ ਫੋਲੋ ਕਰਨੇ ਹੀ ਪੈਣਗੇ। ਜੇਕਰ 10 ਦੀ ਸਪੀਡ ਹੈ ਤਾਂ 10 ਦੀ ਸਪੀਡ ਹੈ, ਜੇਕਰ 50 ਕਿਲੋਮੀਟਰ ਪਰ ਆਵਰ ਦੀ ਸਪੀਡ ਹੈ ਤਾਂ 50 ਦੀ ਹੈ। ਜੋ ਵੀ ਰੈਗੂਲੇਟਰੀ ਸਾਈਨ ਨੇ ਉਹ ਤੁਹਾਨੂੰ ਫੋਲੋ ਕਰਨੇ ਹੀ ਪੈਣਗੇ। ਬਟ ਜਿਹੜੇ ਵਾਰਨਿੰਗ ਸਾਈਨ ਨੇ ਇਹ ਜਸਟ ਤੁਹਾਨੂੰ ਇੱਕ ਚੇਤਾਵਨੀ ਦਿੰਦੇ ਨੇ ਤਾਂ ਕਿ ਤੁਸੀਂ ਤੁਹਾਨੂੰ ਪਤਾ ਚੱਲ ਸਕੇ ਕਿ ਅੱਗੇ ਰੋਡ 'ਤੇ ਕੀ ਹੋ ਰਿਹਾ ਹੈ। ਹੁਣ ਇਹਦੇ ਵਿੱਚ ਇਹ ਸਾਰੇ ਸਾਈਨ ਵੈਸੇ ਸੈਲਫ ਐਕਸਪਲੇਨੇਟਰੀ ਨੇ, ਪਰ ਫਿਰ ਵੀ ਮੈਂ ਤੁਹਾਨੂੰ ਥੋੜ੍ਹਾ ਜਿਹਾ ਇਹਨਾਂ ਬਾਰੇ ਦੱਸ ਦਿੰਦਾ। ਆਹ ਸਟੀਪ ਕਿ ਅੱਗੇ ਬਹੁਤ ਜ਼ਿਆਦਾ ਢਲਾਣ ਆ ਰਹੀ ਹੈ, ਮੇਕ ਸ਼ੋਰ ਤੁਸੀਂ ਗੱਡੀ ਦਾ ਲੋ ਗੇਅਰ ਯੂਜ਼ ਕਰੋ ਜਾਂ ਪ੍ਰਪੇਅਰ ਰਹੋ ਕਿ ਇੱਕਦਮ ਤੁਹਾਡੀ ਗੱਡੀ ਫਾਸਟ ਨਾ ਹੋ ਜਾਏ। ਅੱਗੇ ਰੇਲਵੇ ਕਰੋਸਿੰਗ ਆ ਰਹੀ ਹੈ, ਅੱਗੇ ਇਹ ਵੀ ਰੇਲਵੇ ਕਰੋਸਿੰਗ ਦਾ ਸਾਈਨ ਹੈ, ਇਹ ਰਾਉਂਡਬਾਟ ਦਾ ਸਾਈਨ ਹੈ ਕਿ ਅੱਗੇ ਚੌਂਕ ਆ ਰਿਹਾ ਹੈ, ਇਹ ਗਿੱਵੇ ਦਾ ਸਾਈਨ ਹੈ ਕਿ ਅੱਗੇ ਗਿੱਵੇ ਦਾ ਸਾਈਨ ਆ ਰਿਹਾ ਹੈ, ਇਹ ਕਹਿ ਰਿਹਾ ਹੈ ਕਿ ਸਟੋਪ ਸਾਈਨ ਅਹੈਡ, ਟ੍ਰੈਫਿਕ ਲਾਈਟ ਅਹੈਡ, ਸਾਈਡ ਰੋਡ ਇੰਟਰਸੈਕਸ਼ਨ ਮੀਨਸ ਕਿ ਇੱਦਾਂ ਸਟ੍ਰੇਟ ਰੋਡ ਹੈ ਅਤੇ ਤੁਹਾਨੂੰ ਇਹ ਸਾਈਨ ਇੱਥੇ ਕੁ ਮਿਲੇਗਾ ਇਸ ਏਰੀਏ ਦੇ ਵਿੱਚ ਕਿ ਅੱਗੇ ਲੈਫਟ ਟਰਨ ਹੈ। ਸਿਮੀਲਰਲੀ ਕਰੋਸ ਇੰਟਰਸੈਕਸ਼ਨ ਮੀਨਸ ਇੱਦਾਂ ਕਰੋਸ ਹੈ ਵੀ ਚਾਰੇ ਸਾਈਡਾਂ ਨੂੰ ਸੜਕਾਂ ਜਾਂਦੀਆਂ ਨੇ, ਅਤੇ ਟੀ ਇੰਟਰਸੈਕਸ਼ਨ ਕਿ ਜਿਹੜਾ ਰੋਡ ਹੈ ਉਹ ਅੱਗੇ ਬੰਦ ਹੈ, ਟੀ ਇੰਟਰਸੈਕਸ਼ਨ। ਇਹ ਵਾਰਨਿੰਗ ਸਾਈਨ ਨੇ, ਇਹਨਾਂ ਨੂੰ ਤੁਸੀਂ ਫੋਲੋ ਨਹੀਂ ਕਰਨਾ, ਜਸਟ ਇਹਨਾਂ ਨੂੰ ਪੜ੍ਹਨਾ ਜ਼ਰੂਰ ਹੈ ਜਦ ਵੀ ਤੁਸੀਂ ਡਰਾਈਵ ਕਰ ਰਹੇ ਹੋ, ਤਾਂ ਤੁਹਾਨੂੰ ਇੱਕ ਗਾਈਡ ਮਿਲਦੀ ਰਹੇਗੀ ਕਿ ਅੱਗੇ ਕੀ ਆ ਰਿਹਾ ਹੈ। ਅੱਗੇ ਵਾਰਨਿੰਗ ਸਾਈਨ 'ਚ ਡਿਵਾਈਡਡ ਰੋਡ, ਦੇਖੋ ਤੁਸੀਂ ਆਪਣਾ ਹੁਣ ਪਿੱਛੋਂ ਸਿੰਗਲ ਰੋਡ ਜਾ ਰਿਹਾ ਹੈ, ਅੱਗੇ ਜਾ ਕੇ ਇਹ ਡਬਲ ਲੇਨ ਹੋ ਗਿਆ, ਤਾਂ ਇਹ ਤੁਹਾਨੂੰ ਸਾਈਨ ਲਾਈਕ ਇੱਥੇ ਕੁ ਮਿਲੇਗਾ ਥੋੜ੍ਹੀ ਜਿਹੀ ਪਿੱਛੇ ਕਿ ਅੱਗੇ ਡਿਵਾਈਡ ਰੋਡ ਆ ਗਿਆ ਹੈ। ਸੇਮ ਹੀ ਜਿਹੜੇ ਉਸ ਡਾਇਰੈਕਸ਼ਨ ਤੋਂ ਲੋਕ ਆਉਂਦੇ ਹੋਣਗੇ ਉਹਨਾਂ ਨੂੰ ਇਹ ਸਾਈਨ ਮਿਲੇਗਾ। ਫੋਰ ਇਗਜ਼ਾਮਪਲ ਇੱਥੇ ਤੁਸੀਂ ਜਾ ਰਹੇ ਹੋ, ਤੁਹਾਨੂੰ ਇਹ ਸਾਈਨ ਇੱਥੇ ਮਿਲੇਗਾ ਕਿ ਅੱਗੇ ਐਂਡ ਡਿਵਾਈਡਰ ਰੋਡ, ਕਿ ਅੱਗੇ ਸਿੰਗਲ ਰੋਡ ਬਣ ਗਿਆ। ਰੋਡ ਨੈਰੋ ਅਹੈਡ, ਇਹ ਜ਼ਿਆਦਾਤਰ ਬ੍ਰਿਜ 'ਤੇ ਸਾਈਨ ਹੁੰਦਾ ਕਿ ਅੱਗੇ ਰੋਡ ਹੈ ਜਿਹੜਾ ਉਹ ਤੰਗ ਆ ਰਿਹਾ ਹੈ। ਮਰਜਿੰਗ ਟ੍ਰੈਫਿਕ, ਹੁਣ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪਿੱਛੋਂ ਇਹ ਜ਼ਿਆਦਾਤਰ ਸਾਈਨ ਹਾਈਵੇ ਦੀ ਐਂਟਰੈਂਸ 'ਤੇ ਹੁੰਦਾ ਕਿ ਪਿੱਛੋਂ ਗੱਡੀ ਆ ਰਹੀ ਹੈ, ਇਹ ਸਾਈਨ ਹੁਣ ਇੱਥੇ ਲੱਗਾ ਹੋਏਗਾ ਕਿ ਜਿਹੜੀ ਟ੍ਰੈਫਿਕ ਹੈ ਉਹ ਮਰਜ ਹੋ ਰਹੀ ਹੈ, ਮੇਕ ਸ਼ੋਰ ਤੁਸੀਂ ਉਹਨੂੰ ਰਸਤਾ ਦਿਓ, ਸਲੋ ਕਰੋ ਜਾਂ ਧਿਆਨ ਨਾਲ ਚੱਲੋ ਕਿ ਜਿਹੜੀਆਂ ਕਾਰਾਂ ਨੇ ਇੱਥੋਂ ਐਂਟਰ ਹੋਣਗੀਆਂ। ਸੇਮ ਹੀ ਤਰੀਕੇ ਨਾਲ ਲੈਫਟ ਸਾਈਡ ਤੋਂ, ਉਵੇਂ ਹੀ ਰਾਈਟ ਸਾਈਡ ਤੋਂ।
ਓਬਵੀਅਸਲੀ ਉਹ ਇੰਡੀਕੇਟਰ ਦੇਣਗੀਆਂ ਅਤੇ ਉਹਨਾਂ ਦਾ ਗਿਵ ਵੇ ਦੇਣ ਦਾ ਹੱਕ ਹੈ ਕਿਉਂਕਿ ਉਹਨਾਂ ਦੇ ਅੱਗੇ ਇਹ ਡੋਟਡ ਲਾਈਨ ਦੇਖ ਸਕਦੇ ਹੋ ਤੁਸੀਂ। ਬਟ ਫਿਰ ਵੀ ਰੋਡ ਨੂੰ ਸ਼ੇਅਰ ਕਰਨਾ ਇਹ ਸਾਰਿਆਂ ਦੀ ਜ਼ਿੰਮੇਵਾਰੀ ਹੈ। ਜੇਕਰ ਤੁਹਾਡੇ ਕੋਲ ਸਪੇਸ ਹੈ ਤਾਂ ਤੁਸੀਂ ਉਹਨਾਂ ਨੂੰ ਰਸਤਾ ਗੱਡੀਆਂ ਦੇ ਕੇ ਉਹਨਾਂ ਨੂੰ ਮਰਜ ਵਿੱਚ ਹੋਣ ਦੇਣਾ, ਸਿਮੀਲਰਲੀ ਲੈਫਟ ਸਾਈਡ ਨੂੰ। ਅੱਗੇ ਦੇਖ ਸਕਦੇ ਐਡਿਡ ਲੇਨ। ਹੁਣ ਇਹਨਾਂ ਦੋਵਾਂ ਦੇ ਵਿੱਚ ਕੀ ਫਰਕ ਹੈ ਕਿ ਇਹ ਪਿੱਛੋਂ ਡਬਲ ਲੇਨ ਆ ਰਹੀ ਹੈ ਬਟ ਇਹ ਮਰਜ ਹੋ ਰਹੀ ਹੈ। ਬਟ ਜਿਹੜੀ ਐਡਿਡ ਲੇਨ ਹੈ ਉਹ ਪਿੱਛੋਂ ਸਿੰਗਲ ਲੇਨ ਆ ਰਹੀ ਹੈ, ਇਹਦੇ ਵਿੱਚ ਇੱਕ ਹੋਰ ਲੇਨ ਐਡ ਹੋ ਰਹੀ ਹੈ। ਹੁਣ ਇੱਥੇ ਅੱਗੇ ਜਾ ਕੇ ਇਸ ਪੁਆਇੰਟ ਤੋਂ ਬਾਅਦ ਦੇਖੋ ਤੁਸੀਂ ਦੋ ਲੇਨਾਂ ਬਣ ਚੁੱਕੀਆਂ ਨੇ। ਸਿਮੀਲਰਲੀ ਜੋ ਕਿ ਰਾਈਟ ਸਾਈਡ ਤੋਂ ਟ੍ਰੈਫਿਕ ਆ ਰਹੀ ਹੈ ਉਵੇਂ, ਮਤਲਬ ਦੋਵਾਂ ਸਾਈਡਾਂ ਤੋਂ ਬੋਰਡ ਲੱਗੇ ਦੇਖ ਸਕਦੇ ਤੁਸੀਂ, ਇਹ ਲੈਫਟ ਸਾਈਡ ਨੂੰ ਸੋਰੀ ਰਾਈਟ ਸਾਈਡ ਨੂੰ ਦਰਸਾਉਂਦਾ ਹੈ ਅਤੇ ਇਹ ਰਾਈਟ ਇਹ ਲੈਫਟ ਸਾਈਡ ਨੂੰ। ਵਨ ਲੇਨ ਬ੍ਰਿਜ। ਹੁਣ ਕਈ ਜਗ੍ਹਾ ਹੁਣ ਮੰਨ ਲਓ ਇਹ ਟ੍ਰੈਫਿਕ ਦੋਵਾਂ ਡਾਇਰੈਕਸ਼ਨ ਤੋਂ ਆ ਰਹੀ ਹੈ ਅਤੇ ਬ੍ਰਿਜ ਹੈ, ਇੱਥੇ ਹੁਣ ਬ੍ਰਿਜ ਨੂੰ ਸ਼ੇਅਰ ਕਰਨਾ ਸਾਰਿਆਂ ਦੀ ਜ਼ਿੰਮੇਵਾਰੀ ਹੈ। ਸੋ ਇਸ ਇਹਨਾਂ ਗੱਡੀਆਂ ਨੇ ਸਮੇਂ ਸਮੇਂ ਦੇ ਹਿਸਾਬ ਨਾਲ ਵਾਰੀ ਵਾਰੀ ਇਹਨਾਂ ਗੱਡੀਆਂ ਨੂੰ ਰਸਤਾ ਦੇਣਾ ਹੈ ਅਤੇ ਇਹਨਾਂ ਗੱਡੀਆਂ ਨੇ ਸਮੇਂ ਸਮੇਂ ਦੇ ਵਾਰੀ ਦੇ ਹਿਸਾਬ ਨਾਲ ਇਹਨਾਂ ਗੱਡੀਆਂ ਨੂੰ ਰਸਤਾ ਦੇਣਾ ਹੈ ਤਾਂ ਕਿ ਕਿਉਂਕਿ ਇੱਥੋਂ ਗੱਡੀਆਂ ਲੰਘ ਸਕਣ। ਅਤੇ ਇਹ ਆਪਣਾ ਦੇਖ ਸਕਦੇ ਕਿ ਸਿੰਗਲ ਲੇਨ ਹੈ, ਇੱਥੋਂ ਦੋ ਗੱਡੀਆਂ ਨਹੀਂ ਲੰਘ ਸਕਦੀਆਂ, ਸਿਰਫ ਇੱਕ ਟਾਈਮ 'ਤੇ ਇੱਕ ਗੱਡੀ ਹੀ ਲੰਘ ਸਕਦੀ। ਸੋ ਇਹ ਬ੍ਰਿਜ ਦਾ ਜੋ ਪੁਆਇੰਟ ਹੈ ਇਹਨੂੰ ਆਪਾਂ ਸ਼ੇਅਰ ਕਰਕੇ ਚੱਲਣਾ ਹੈ। ਸਿਮੀਲਰਲੀ ਐਰੋ ਇੰਡੀਕੇਟ ਡਾਇਰੈਕਸ਼ਨ ਆਫ ਟ੍ਰੈਫਿਕ ਕਿ ਉੱਧਰਲੀ ਸਾਈਡ ਤੋਂ ਦੋ ਲੇਨਾਂ ਆ ਰਹੀਆਂ ਨੇ ਅਤੇ ਇਸ ਸਾਈਡ ਤੋਂ ਸਿੰਗਲ ਲੇਨ ਹੈ। ਇਹ ਮਤਲਬ ਡਬਲ ਲੇਨ ਰੋਡ ਹੈ, ਸਿਰਫ ਕਿ ਇੱਕ ਟ੍ਰੈਫਿਕ ਆ ਰਹੀ ਹੈ ਅਤੇ ਇੱਕ ਟ੍ਰੈਫਿਕ ਜਾ ਰਹੀ ਹੈ। ਵਾਰਨਿੰਗ ਸਾਈਨ ਦੇ ਵਿੱਚ ਅੱਗੇ ਸਿਮੀਲਰਲੀ ਕਿ ਅੱਗੇ ਟਰਨ ਆ ਰਹੀ ਹੈ, ਰਿਵਰਸ ਟਰਨ ਆ ਰਹੀ ਹੈ, ਕਰਵ ਆ ਰਹੀ ਹੈ, ਰਿਵਰਸ ਕਰਵ ਕਰਵ ਆ ਰਹੀ ਹੈ, ਵਾਈਂਡਿੰਗ ਰੋਡ ਆ ਰਿਹਾ ਹੈ ਕਿ ਜਿਹੜੀ ਜਿੱਦਾਂ ਦੀ ਸ਼ੇਪ ਹੈ ਇਸ ਤਰ੍ਹਾਂ ਦਾ ਅੱਗੇ ਰੋਡ ਆ ਰਿਹਾ ਹੈ। ਡਿਪ ਕਿ ਸ਼ਾਰਪ ਬੈਂਡ ਆ ਰਿਹਾ ਹੈ ਰੋਡ ਦੇ ਵਿੱਚ, ਹੋੜ ਅੱਗੇ ਥੋੜ੍ਹਾ ਬਹੁਤ ਸੜਕ 'ਤੇ ਤੁਹਾਨੂੰ ਪਾਣੀ ਮਿਲ ਸਕਦਾ ਹੈ ਪਹਾੜੀ ਏਰੀਏ 'ਚ ਜੇ ਤੁਸੀਂ ਰੇਜ਼ਡ ਆਈਲੈਂਡ ਔਨ ਦਾ ਰੋਡ ਕਿ ਆਈਲੈਂਡ ਨੇ ਰੋਡ ਦੇ ਵਿੱਚ ਰੋਡ ਹੰਪ ਕਿ ਸੜਕ ਦੇ ਵਿੱਚ ਥਾਂ ਤਾਂ ਤੁਹਾਨੂੰ ਰੋਡ ਹੰਪ ਮਿਲਣਗੇ। ਅਤੇ ਐਡਵਾਈਜ਼ਰੀ ਸਪੀਡ 40 ਕਿਲੋਮੀਟਰ ਪਰ ਆਵਰ, ਇਹ ਐਡਵਾਈਜ਼ਰੀ ਸਪੀਡ ਹੈ। ਫੋਰ ਐਗਜ਼ਾਮਪਲ 60 ਦੇ ਜ਼ੋਨ ਦੇ ਵਿੱਚ ਜੇਕਰ ਇਹ ਐਡਵਾਈਜ਼ਰੀ ਸਪੀਡ 40 ਲੱਗਾ ਹੋਇਆ ਹੈ ਤਾਂ ਇਹ ਕੋਈ ਜ਼ਰੂਰੀ ਨਹੀਂ ਕਿ ਤੁਸੀਂ 40 'ਤੇ ਹੀ ਜਾਣਾ ਹੈ, ਤੁਸੀਂ 60 'ਤੇ ਜਾ ਸਕਦੇ ਹੋ। ਬਟ ਜੇ ਤੁਸੀਂ 40 'ਤੇ ਜਾਓਗੇ ਇਹ ਸਾਰਿਆਂ ਦੇ ਲਈ ਸੇਫ ਹੋਏਗਾ। ਫੋਰ ਐਗਜ਼ਾਮਪਲ ਇੱਕਦਮ ਬੈਂਡ ਆ ਗਿਆ ਰੋਡ ਦੇ ਵਿੱਚ ਇੱਦਾਂ, ਤਾਂ ਓਬਵੀਅਸਲੀ ਤੁਸੀਂ ਉੱਥੇ 60 'ਤੇ ਜਾਓਗੇ ਨਹੀਂ, ਉੱਪਰੋਂ ਉਹ ਪਹਾੜੀ ਏਰੀਆ ਹੈ ਤਾਂ ਤੁਸੀਂ ਓਬਵੀਅਸਲੀ ਥੋੜ੍ਹੀ ਸਲੋ ਕਰੋਗੇ ਗੱਡੀ, ਸਲੋ ਕਰਕੇ ਤੁਸੀਂ ਆਰਾਮ ਦੇ ਨਾਲ ਜਾਓਗੇ। ਇਹ ਐਡਵਾਈਜ਼ਰੀ ਸਪੀਡ ਡਿਫਰੈਂਟ ਹੋ ਸਕਦੀ ਹੈ, ਜਿੱਦਾਂ ਹੰਪ ਦੇ ਰੋਡ ਹੰਪ ਦੇ ਵਿੱਚ ਇਹ ਸਪੀਡ 25 ਕਿਲੋਮੀਟਰ ਲਿਖੀ ਹੁੰਦੀ ਹੈ, ਰਾਉਂਡ ਬਾਟ 'ਤੇ ਵੀ 25 ਕਿਲੋਮੀਟਰ ਲਿਖੀ ਹੁੰਦੀ ਹੈ, ਸਲੋ ਪੁਆਇੰਟ 'ਤੇ ਡਿਫਰੈਂਟ ਲਿਖੀ ਹੁੰਦੀ ਹੈ, ਇੱਦਾਂ ਸਪੀਡ ਡਿਫਰੈਂਟ ਹੁੰਦੀ ਹੈ। ਹੁਣ ਜਿੱਦਾਂ ਇਹ ਇੱਥੇ 20 ਕਿਲੋਮੀਟਰ ਪਰ ਆਵਰ ਲਿਖੀ ਹੋਈ ਹੈ, ਓਬਵੀਅਸਲੀ ਇੱਥੇ ਜਿਹੜਾ ਬੈਂਡ ਹੈ ਉਹ ਬਹੁਤ ਜ਼ਿਆਦਾ ਰੋਡ ਦੇ ਵਿੱਚ ਇੱਦਾਂ ਟੋਟਲੀ ਬੈਂਡ ਹੈ, ਇਹ ਪਹਾੜੀ, ਇਹ ਇੱਧਰ ਪਹਾੜੀ ਹੈ ਫੋਰ ਐਗਜ਼ਾਮਪਲ ਸਾਰੀ। ਇੱਥੇ ਉਹਨਾਂ ਨੇ ਐਡਵਾਈਜ਼ ਦਿੱਤੀ ਹੋਈ ਕਿ ਤੁਸੀਂ ਆਪਣੀ ਗੱਡੀ 20 ਕਿਲੋਮੀਟਰ ਪਰ ਆਵਰ ਦੇ ਹਿਸਾਬ ਨਾਲ ਚਲਾਓ। ਅੱਗੇ ਸਕੂਲ ਦਾ ਐਡਵਾਈਜ਼ਰੀ ਜ਼ੋਨ, ਪੈਡੀਸਟ੍ਰੇਨ ਕਰੋਸਿੰਗ, ਉਹੀ ਜਿਹਨੂੰ ਜੈਬਰਾ ਕਰੋਸਿੰਗ ਕਹਿ ਦਿੰਦੇ ਨੇ, ਇਹ ਅੱਗੇ ਜੈਬਰਾ ਕਰੋਸਿੰਗ ਹੈ, ਇਹ ਦੋਨੋਂ ਸਾਈਨ ਜੈਬਰਾ ਕਰੋਸਿੰਗ ਦੇ ਨੇ। ਇਹ ਚਿਲਡਰਨ ਕੁੱਡ ਬੀ ਔਨ ਦਾ ਰੋਡ, ਫੋਰ ਐਗਜ਼ਾਮਪਲ ਤੁਸੀਂ ਸਪਰਬ ਦੀਆਂ ਗਲੀਆਂ ਵਿੱਚ ਜਾ ਰਹੇ ਹੋ ਜਾਂ ਤੁਸੀਂ ਕਿਸੇ ਚਾਈਲਡ ਕੇਅਰ ਕੋਲੋਂ ਦੀ ਲੰਘ ਰਹੇ ਹੋ, ਸਕੂਲ ਕੋਲ ਦੀ ਲੰਘ ਰਹੇ ਹੋ, ਤਾਂ ਉੱਥੇ ਤੁਹਾਨੂੰ ਬੋਰਡ ਮਿਲ ਸਕਦਾ ਹੈ ਕਿ ਹੋ ਸਕਦਾ ਰੋਡ ਦੇ ਉੱਪਰ ਚਿਲਡਰਨ ਹੋਣ। ਸੇਮ ਹੀ ਚਿਲਡਰਨ ਗੈਟਿੰਗ ਔਨ ਐਂਡ ਆਫ ਬੱਸਿਸ, ਕਿ ਬੱਸ ਸਟੋਪ ਦੇ ਨੇੜੇ ਸਾਨੂੰ ਬੱਸ ਸਟੋਪ ਤੋਂ ਪਹਿਲਾਂ ਸਾਈਨ ਤੁਹਾਨੂੰ ਮਿਲੇਗਾ ਕਿ ਹੋ ਸਕਦਾ ਸਕੂਲ ਵਾਲੇ ਬੱਚੇ ਬੱਸ ਦੇ ਉੱਤੇ ਚੜ੍ਹਦੇ ਹੋਣ ਅਤੇ ਉਤਰਦੇ ਹੋਣ। ਸਕੂਲ ਬੱਸ ਟਰਨਿੰਗ, ਕਿ ਅੱਗੇ ਸਕੂਲ ਬੱਸ ਹੋ ਸਕਦੀ ਹੈ, ਸਕੂਲ ਦੀ ਐਂਟਰੈਂਸ 'ਤੇ ਐਂਟਰੈਂਸ ਤੋਂ ਪਹਿਲਾਂ ਸਾਈਨ ਮਿਲ ਸਕਦਾ ਸਕੂਲ ਦੀ ਐਂਟਰੈਂਸ ਤੋਂ, ਜਾਂ ਜਿੱਥੇ ਬਹੁਤ ਸਾਰੀਆਂ ਸਕੂਲ ਵਾਲੀਆਂ ਬੱਸਾਂ ਐਂਟਰ ਜਾਂ ਆਊਟ ਹੁੰਦੀਆਂ ਨੇ। ਪੀਪਲ ਔਨ ਬਾਈਸਾਈਕਲ ਮੇ ਯੂਜ਼ਿੰਗ ਦਾ ਰੋਡ, ਜ਼ਿਆਦਾਤਰ ਤਾਂ ਵੈਸੇ ਕੁਈਨਸਲੈਂਡ ਦੇ ਵਿੱਚ ਉਹਨਾਂ ਨੇ ਸਾਈਕਲ ਲੇਨਾਂ ਬਣਾਈਆਂ ਨੇ, ਫੋਰ ਐਗਜ਼ਾਮਪਲ ਇਹ ਰੋਡ ਜਾ ਰਿਹਾ, ਇਹਦੇ ਨਾਲ ਨਾਲ ਇੱਕ ਸਾਈਕਲ ਲੇਨ ਬਣਾਈ ਹੋਈ ਹੈ। ਬਟ ਜਿੱਥੇ ਰੋਡ ਤੰਗ ਹੋਣ ਕਰਕੇ ਜਾਂ ਸਾਈਕਲ ਲੇਨ ਨਹੀਂ ਹੋਏਗੀ ਉੱਥੇ ਤੁਹਾਨੂੰ ਇਸ ਬੋਰਡ ਮਿਲ ਸਕਦਾ ਹੈ ਕਿ ਅੱਗੇ ਸਾਈਕਲ ਦੇ ਉੱਤੇ ਲੋਕ ਜਾ ਰਹੇ ਨੇ। ਸੋ ਸਾਈਕਲ ਦਾ ਕੀ ਹੈ ਕਿ ਤੁਸੀਂ 1 ਮੀਟਰ ਤੋਂ ਲੈ ਕੇ 1.5 ਮੀਟਰ ਦਾ ਡਿਸਟੈਂਸ ਸਾਈਕਲ ਨਾਲ ਰੱਖਣਾ ਹੈ। ਫੋਰ ਐਗਜ਼ਾਮਪਲ ਇੱਥੇ ਸਾਈਕਲ ਜਾ ਰਿਹਾ ਹੈ ਤਾਂ ਜਿਹੜਾ ਤੁਹਾਡਾ ਅਤੇ ਸਾਈਕਲ ਦਾ ਡਿਸਟੈਂਸ ਹੈ ਉਹ 1 ਮੀਟਰ ਤੋਂ 1.5 ਮੀਟਰ ਤੱਕ ਹੋਣਾ ਚਾਹੀਦਾ ਹੈ। ਇਹ ਸਾਈਨ ਸੇਮ ਕਿ ਅੱਗੇ ਹੋ ਸਕਦਾ ਹੈ ਰੋਡ ਦੇ ਉੱਤਰ ਬਹੁਤ ਸਾਰੇ ਲੋਕ ਕਰੋਸਿੰਗ ਕਰਦੇ ਹੋਣ। ਇਹ ਸਾਈਨ ਤੁਹਾਨੂੰ ਸ਼ੋਪਸ ਦੇ ਨੇੜੇ, ਸ਼ੋਪਿੰਗ ਸੈਂਟਰਾਂ ਦੇ ਨੇੜੇ ਮਿਲੇਗਾ। ਇੱਦਾਂ ਹੀ ਟਰੱਕ ਕਰੋਸਿੰਗ ਔਰ ਐਂਟਰਿੰਗ,
ਹੋ ਸਕਦਾ ਕਿ ਇੱਕ ਟਰੱਕ ਯਾਰਡ ਹੈ ਕੋਈ ਵੱਡਾ ਉੱਥੇ ਉਹਦੇ ਨੇੜੇ ਤੁਹਾਨੂੰ ਸਾਈਨ ਮਿਲ ਸਕਦਾ ਕਿ ਬਹੁਤ ਸਾਰੇ ਟਰੱਕ ਐਂਟਰ ਜਾਂ ਆਊਟ ਹੋ ਰਹੇ ਨੇ। ਜੰਗਲ ਦੇ ਨੇੜੇ ਤੁਹਾਨੂੰ ਇਹ ਸਾਈਨ ਮਿਲ ਸਕਦਾ ਕਿ ਹੋ ਸਕਦਾ ਬਹੁਤ ਸਾਰੇ ਕੰਗਾਰੂ ਸੜਕ ਕ੍ਰੋਸ ਕਰਦੇ ਹੋਣ। ਲੋ ਕਲੀਅਰੈਂਸ ਜਿੰਨੇ ਵੀ ਮੀਟਰ, ਫੋਰ ਐਗਜ਼ਾਮਪਲ 4 ਮੀਟਰ, ਇਹ ਤੁਹਾਨੂੰ ਬ੍ਰਿਜ ਤੋਂ ਪਹਿਲਾਂ ਸਾਈਨ ਮਿਲੇਗਾ ਕਿ ਜੋ ਬ੍ਰਿਜ ਦੀ ਜੋ ਹਾਈਟ ਹੈ। ਸੋ ਸੜਕ ਤੋਂ ਲੈ ਕੇ ਜੋ ਬ੍ਰਿਜ ਦੀ ਉੱਪਰ ਤੱਕ ਹਾਈਟ ਹੈ ਉਹ 4 ਮੀਟਰ ਹੈ। ਮੇਕ ਸ਼ੋਰ ਕਿ ਜੇ ਤੁਹਾਡੇ ਫੋਰ ਐਗਜ਼ਾਮਪਲ ਟਰੱਕ ਚਲਾ ਰਹੇ ਹੋ ਤੁਸੀਂ, ਉਹਦੀ ਹਾਈਟ 5 ਮੀਟਰ ਹੈ, ਤਾਂ ਤੁਸੀਂ ਮੇਕ ਸ਼ੋਰ ਕਿ ਉਹ ਉੱਥੇ ਯੂ ਟਰਨ ਲਵੋ ਜਾਂ ਉਹ ਕ੍ਰੋਸ ਨਾ ਕਰੋ, ਅਦਰਵਾਈਜ਼ ਤੁਹਾਡੀ ਬ੍ਰਿਜ ਦੇ ਨਾਲ ਟੱਕਰ ਲੱਗ ਜਾਏਗੀ। ਏਅਰਪੋਰਟ ਦੇ ਨੇੜੇ ਤੁਹਾਨੂੰ ਸਾਈਨ ਮਿਲੇਗਾ ਕਿ ਲੋ ਫਲਾਇੰਗ ਏਅਰਕ੍ਰਾਫਟ ਅੱਗੇ ਹੋ ਸਕਦੇ ਨੇ। ਅੱਗੇ ਜੇਕਰ ਕੋਈ ਐਕਸੀਡੈਂਟ ਹੋਇਆ ਜਾਂ ਕੋਈ ਸੜਕ ਦੇ ਉੱਤੇ ਹਾਦਸਾ ਹੋਇਆ ਉਹਦੇ ਇਹ ਸਾਈਨ ਤੁਹਾਨੂੰ ਮਿਲ ਸਕਦਾ ਹੈ। ਸਲਿਪਰੀ ਰੋਡ, ਉਹੀ ਕਿ ਫੋਰ ਐਗਜ਼ਾਮਪਲ ਪਹਾੜਾਂ ਦੇ ਵਿੱਚ ਬਹੁਤ ਤਰੇਲ ਪੈਂਦੀ ਹੈ ਜਾਂ ਥੋੜ੍ਹਾ ਥੋੜ੍ਹਾ ਪਾਣੀ ਹੈ ਰੋਡ ਦੇ ਉੱਪਰ, ਤਾਂ ਉੱਥੇ ਤੁਹਾਨੂੰ ਇਹ ਸਾਈਨ ਮਿਲ ਸਕਦਾ ਕਿ ਅੱਗੇ ਰੋਡ ਸਲਿਪਰੀ ਹੋ ਸਕਦਾ, ਉੱਪਰੋਂ ਜਿਹੜਾ ਰੋਡ ਹੈ ਉਹ ਬਹੁਤ ਬਾਇੰਡਿੰਗ ਹੈ, ਰਹਿੰਦਾ ਜਾ ਰਿਹਾ, ਉੱਪਰੋਂ ਤਰੇਲ ਪਈ ਜਾਂ ਥੋੜ੍ਹਾ ਥੋੜ੍ਹਾ ਗਿੱਲਾ, ਤਾਂ ਇਹ ਸਾਈਨ ਤੁਹਾਨੂੰ ਉੱਥੇ ਮਿਲ ਸਕਦਾ ਕਿ ਰੋਡ ਸਲਿਪਰੀ ਹੋ ਸਕਦਾ। ਹੁਣ ਇੱਥੋਂ ਤੱਕ ਆਪਣੇ ਆ ਗਏ ਵਾਰਨਿੰਗ ਸਾਈਨ। ਪਿੱਛੇ ਆਪਾਂ ਕੀਤੇ ਸੀ ਰੈਗੂਲੇਟਰੀ ਸਾਈਨ, ਵਾਰਨਿੰਗ ਸਾਈਨ ਮਤਲਬ ਜਿਹੜੇ ਜਿਹੜੇ ਚੇਤਾਵਨੀ ਹੁੰਦੇ ਨੇ, ਰੈਗੂਲੇਟਰੀ ਸਾਈਨ ਜਿਹੜੇ ਕਿ ਤੁਹਾਨੂੰ ਫੋਲੋ ਕਰਨੇ ਹੀ ਪੈਣੇ ਨੇ। ਜੋ ਸਪੀਡ ਲਿਮਿਟ ਹੈ, ਜੋ ਵੀ ਸਾਈਨ ਦੱਸ ਰਿਹਾ ਉਹ ਤੁਹਾਨੂੰ ਫੋਲੋ ਕਰਨਾ ਪਏਗਾ। ਵਾਰਨਿੰਗ ਸਾਈਨ ਜਸਟ ਤੁਹਾਨੂੰ ਇੱਕ ਚੇਤਾਵਨੀ ਹੁੰਦੀ ਹੈ। ਅੱਗੇ ਗਾਈਡ ਸਾਈਨ, ਗਾਈਡ ਸਾਈਨ ਵੀ ਸਿਮਿਲਰ ਨੇ ਵਾਰਨਿੰਗ ਸਾਈਨ ਦੇ ਨਾਲ, ਬਟ ਇਹ ਥੋੜ੍ਹੇ ਜਿਹੇ ਡਿਫਰੈਂਟ ਨੇ ਵਾਰਨਿੰਗ ਸਾਈਨ ਦੇ ਨਾਲ। ਇਹ ਤੁਹਾਨੂੰ ਗਾਈਡ ਦੱਸਦੇ ਨੇ ਕਿ ਤੁਸੀਂ ਅੱਗੇ ਰੋਡ ਦੇ ਉੱਤੇ ਕੀ ਕਰਨਾ ਹੈ। ਫੋਰ ਐਗਜ਼ਾਮਪਲ 4-1 ਲੇਨ, ਇਹ ਰੋਡ ਤੁਹਾਨੂੰ ਹੁਣ ਦੱਸ ਰਿਹਾ ਕਿ ਅੱਗੇ ਜਿਹੜੀ ਲੇਨ ਹੈ ਉਹ 1 ਹੋ ਰਹੀ ਹੈ। ਜਿੱਦਾਂ ਇਹ ਦੇਖ ਸਕਦੇ ਹੋ ਕਿ ਇੱਥੇ ਪਿੱਛੇ 2 ਲੇਨਾਂ ਸੀ, ਇੱਥੇ 1 ਲੇਨ ਬਣ ਗਈ, ਜਾਂ ਆਹ ਪਿੱਛੇ 2 ਲੇਨਾਂ ਆ ਰਹੀਆਂ ਸੀ, ਤਾਂ ਇਹ ਸਾਈਨ ਤੁਹਾਨੂੰ ਇੱਥੇ ਮਿਲੇਗਾ ਕਿ ਅੱਗੇ ਜਿਹੜੀ ਫੋਰਮ 1, ਅੱਗੇ ਜਿਹੜੀ ਲੇਨ ਨੇ 2 ਲੇਨਾਂ ਨੇ ਉਹ 1 ਲੇਨ ਦੇ ਵਿੱਚ ਬਦਲ ਰਹੀਆਂ ਨੇ। ਈਵਨ ਕਿ ਜੇ ਫੋਰ ਐਗਜ਼ਾਮਪਲ 3 ਲੇਨਾਂ ਵੀ ਪਿੱਛੋਂ ਆ ਰਹੀਆਂ ਨੇ, ਤਾਂ ਇੱਥੇ ਵੀ ਤੁਹਾਨੂੰ ਸਾਈਨ ਮਿਲੇਗਾ ਕਿ ਅੱਗੇ ਜਾ ਕੇ ਫੋਰਮ 1 ਲੇਨ ਹੋ ਰਹੀ ਹੈ। ਇਸੇ ਤਰ੍ਹਾਂ ਟਰਨ ਲੈਫਟ ਐਟ ਐਨੀ ਟਾਈਮ ਵਿਦ ਕੇਅਰ, ਇਹ ਸਾਈਨ ਤੁਹਾਨੂੰ ਜ਼ਿਆਦਾਤਰ ਟ੍ਰੈਫਿਕ ਲਾਈਟ 'ਤੇ ਮਿਲੇਗਾ। ਫੋਰ ਐਗਜ਼ਾਮਪਲ ਤੁਸੀਂ ਇਸ ਸਿਚੁਏਸ਼ਨ ਦੇ ਵਿੱਚ, ਤਾਂ ਇੱਥੇ ਟ੍ਰੈਫਿਕ ਲਾਈਟ ਹੈ ਫੋਰ ਐਗਜ਼ਾਮਪਲ, ਬਟ ਇੱਥੋਂ ਤੁਸੀਂ ਲੈਫਟ ਜਾ ਸਕਦੇ ਹੋ ਅਤੇ ਇੱਥੇ ਕੋਈ ਟ੍ਰੈਫਿਕ ਲਾਈਟ ਨਹੀਂ, ਸਿਰਫ ਇਸ 'ਤੇ ਟ੍ਰੈਫਿਕ ਲਾਈਟ ਹੈ। ਇਹ ਸਾਈਨ ਇੱਥੇ ਲਿਖਿਆ ਹੋਏਗਾ ਕਿ ਤੁਸੀਂ ਲੈਫਟ ਟਰਨ ਕਦੇ ਵੀ ਮੁੜ ਸਕਦੇ ਹੋ, ਬਟ ਕੇਅਰ ਦੇ ਨਾਲ ਕਿ ਇੱਧਰੋਂ ਕੋਈ ਗੱਡੀ 'ਤੇ ਨਹੀਂ ਆ ਰਹੀ ਇਸ ਡਾਇਰੈਕਸ਼ਨ ਦੇ ਵਿੱਚੋਂ, ਜਾਂ ਫਰੰਟ ਤੋਂ ਕੋਈ ਗੱਡੀ ਇੱਧਰ 'ਤੇ ਨਹੀਂ ਮੁੜ ਰਹੀ, ਜਾਂ ਕੋਈ ਇੱਥੋਂ ਯੂ ਟਰਨ 'ਤੇ ਨਹੀਂ ਲੈ ਰਿਹਾ, ਉਸ ਆਲਾ ਦੁਆਲਾ ਚੈੱਕ ਕਰਕੇ ਤੁਸੀਂ ਇੱਥੋਂ ਆਰਾਮ ਦੇ ਨਾਲ ਲੈਫਟ ਮੁੜ ਸਕਦੇ ਹੋ। ਸਲੋ ਵਹੀਕਲ ਯੂਜ਼ ਲੈਫਟ ਲੇਨ, ਇਹ ਜ਼ਿਆਦਾਤਰ ਤੁਹਾਨੂੰ ਕੋਈ ਚੜ੍ਹਾਈ ਦੇ ਉੱਪਰ ਮਿਲੇਗਾ ਕਿ ਬਹੁਤ ਚੜ੍ਹਾਈ ਹੈ, ਤਾਂ ਉੱਥੇ ਤੁਹਾਨੂੰ ਸੁਜੈਸਟ ਕੀਤਾ ਹੋਏਗਾ ਕਿ ਤੁਸੀਂ ਜੇਕਰ ਸਲੋ ਵਹੀਕਲ ਹੋ, ਫੋਰ ਐਗਜ਼ਾਮਪਲ ਤੁਸੀਂ ਟਰੱਕ ਚਲਾ ਰਹੇ ਹੋ, ਤੁਹਾਡਾ ਤਾਂ ਟਰੱਕ ਬਹੁਤ ਸਲੋ ਜਾ ਰਿਹਾ ਹੈ, ਤਾਂ ਤੁਸੀਂ ਲੈਫਟ ਲੇਨ ਯੂਜ਼ ਕਰੋ ਤਾਂ ਕਿ ਟ੍ਰੈਫਿਕ ਬਲੋਕ ਨਾ ਹੋਵੇ। ਰਿਡਿਊਸ ਸਪੀਡ ਨਾਓ, ਇਹ ਸਾਈਨ ਕਿ ਇੱਥੇ ਤੁਸੀਂ ਆ ਕੇ ਸਪੀਡ ਆਪਣੀ ਰਿਡਿਊਸ ਕਰ ਲਓ। ਫੋਰ ਐਗਜ਼ਾਮਪਲ ਪਿੱਛੋਂ ਤੁਸੀਂ 100 'ਤੇ ਆ ਰਹੇ ਸੀ, ਅੱਗੇ ਜੋ ਸਪੀਡ ਹੈ ਉਹ 80 ਦਾ ਜ਼ੋਨ ਸ਼ੁਰੂ ਹੋਣ ਵਾਲਾ ਹੈ, ਤਾਂ ਇਹ ਸਾਈਨ ਜਸਟ ਤੁਹਾਨੂੰ ਉੱਥੇ ਮਿਲੇਗਾ ਕਿ ਹੁਣ ਤੁਸੀਂ ਆਪਣੀ ਸਪੀਡ ਇੱਥੋਂ ਆਪਣੀ ਸਪੀਡ ਘਟਾ ਲਓ, ਅਤੇ ਜਿੱਥੇ ਬੋਰਡ ਲੱਗਾ ਹੋਏਗਾ ਉੱਥੇ ਤੁਸੀਂ ਆਪਣੀ ਸਪੀਡ ਘਟਾ ਲੈਣੀ। ਇਹ ਸਾਈਨ ਕੋਈ ਰੈਸਟ ਏਰੀਆ ਹੈ, ਕੋਈ ਅੱਗੇ ਹਾਈਵੇ ਦੇ ਉੱਪਰ ਰੈਸਟੋਰੈਂਟ ਆ ਰਿਹਾ ਹੈ, ਜਾਂ ਇਨਫੋਰਮੇਸ਼ਨ ਵਾਲਾ ਕੋਈ ਅੱਗੇ ਬੋਰਡ ਵਗੈਰਾ ਆ ਰਿਹਾ ਹੈ, ਹੋਸਪਿਟਲ ਆ ਰਿਹਾ ਹੈ, ਤਾਂ ਇਹ ਸਾਈਨ ਤੁਹਾਨੂੰ ਉੱਥੇ ਮਿਲੇਗਾ। ਲੋਕਲ ਟ੍ਰੈਫਿਕ ਓਨਲੀ, ਇਹ ਕਿ ਸਿਰਫ ਜਿਹੜੇ ਜਿੰਨਾ ਜਿੰਨਾ ਲੋਕਾਂ ਦੇ ਉਸ ਗਲੀ ਦੇ ਵਿੱਚ ਘਰ ਨੇ ਉਹੀ ਇਸ ਰੋਡ ਨੂੰ ਯੂਜ਼ ਕਰਨ, ਬਾਕੀ ਲੋਕ ਮੇਨ ਰੋਡ ਯੂਜ਼ ਕਰਨ, ਤਾਂ ਕਿ ਜਿਹੜੇ ਲੋਕਾਂ ਨੂੰ ਜਿਹੜੇ ਉੱਥੇ ਲੋਕ ਰਹਿੰਦੇ ਨੇ ਉਹਨਾਂ ਨੂੰ ਜ਼ਿਆਦਾ ਡਿਸਟਰਬੈਂਸ ਨਾ ਹੋਏ। ਲੋਕਲ ਟ੍ਰੈਫਿਕ ਓਨਲੀ। ਟੂਰਿਸਟ ਡਰਾਈਵ, ਕਿ ਤੁਸੀਂ ਫੋਰ ਐਗਜ਼ਾਮਪਲ ਹਾਈਵੇ 'ਤੇ ਜਾ ਰਹੇ ਹੋ, ਇੱਦਾਂ ਸਿੱਧਾ ਹਾਈਵੇ ਹੈ, ਬਟ ਇੱਥੋਂ ਇੱਕ ਡਰਾਈਵ ਲੈਫਟ ਮੁੜਦੀ ਹੈ ਜਿਹੜੀ ਕਿ ਘੁੰਮ ਕੇ ਕਈ ਜਗ੍ਹਾ ਤੋਂ ਪਹਾੜਾਂ ਦੇ ਵਿੱਚੋਂ ਜਾਂ ਬੀਚ ਤੋਂ ਵਿੱਚੋਂ ਜਾ ਕੇ ਅੱਗੇ ਫਿਰ ਮਿਲਦੀ ਹੈ, ਤਾਂ ਤੁਸੀਂ ਇਹ ਸਾਈਨ ਇੱਥੇ ਦੇਖ ਸਕਦੇ ਦੀ ਐਂਟਰੈਂਸ ਤੋਂ ਪਹਿਲਾਂ ਇੱਥੇ ਕਿ ਅੱਗੇ ਟੂਰਿਸਟ ਡਰਾਈਵ ਹੈ ਉਹ ਜਿਹੜੀ ਲੈਫਟ ਸਾਈਡ ਨੂੰ ਮੁੜ ਰਹੀ ਹੈ, ਉਹ ਤੁਸੀਂ ਘੁੰਮਦੇ ਉੱਥੇ ਜਾ ਕੇ ਸੇਮ ਹਾਈਵੇ ਦੁਬਾਰਾ ਫੜ ਸਕਦੇ ਹੋ। ਜਿੱਦਾਂ ਲਿਖਿਆ ਹੋਇਆ ਸੀਨਿਕ ਡਰਾਈਵ ਔਰ ਰੂਟ, ਨੰਬਰ ਆਫ ਟੂਰਿਸਟ ਅਟਰੈਕਸ਼ਨ, ਕਿ ਉੱਥੇ ਨੰਬਰ ਆਫ ਟੂਰਿਸਟ ਅਟਰੈਕਸ਼ਨ ਤੁਹਾਨੂੰ ਮਿਲ ਸਕਦੀਆਂ ਨੇ। ਬਾਕੀ ਗਾਈਡ ਸਾਈਨ ਦੇ ਜੋ ਲਿੰਕ ਹੈ ਉਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗਾ, ਅਤੇ ਤੁਸੀਂ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ। ਜਿਹੜੇ ਗਾਈਡਡ ਸਾਈਨ ਨੇ ਉਹਨਾਂ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾਇਆ ਹੋਇਆ ਹੈ,
ਉਹ ਲਿੰਕ 'ਤੇ ਜਾ ਕੇ ਤੁਸੀਂ ਇਹ ਦੇਖ ਸਕਦੇ ਹੋ ਕਿ ਹੋਰ ਕਿੰਨੇ ਗਾਈਡਡ ਸਾਈਨ ਆਪਣੇ ਆ ਜਾਂਦੇ ਨੇ, ਤਾਂ ਸਾਰੇ ਤੁਸੀਂ ਦੇਖ ਸਕਦੇ ਹੋ। ਨੋ ਥਰੂ ਰੋਡ, ਜਿਜ਼ੂ ਆ ਰਿਹਾ ਹੈ, ਫੁੱਟਬਾਲ ਗਰਾਊਂਡ ਆ ਰਿਹਾ ਹੈ, ਇਹ ਸਾਰੇ ਆਪਣੇ ਗਾਈਡਡ ਸਾਈਨ। ਰੈਸਟ ਏਰੀਆ ਆ ਰਿਹਾ ਹੈ, ਪੈਟਰੋਲ ਸਟੇਸ਼ਨ, ਟ੍ਰੈਫਿਕ, ਫੋਨ, ਇਨਫੋਰਮੇਸ਼ਨ ਡੈਸਕ, ਪੁਲਿਸ ਸਟੇਸ਼ਨ, ਬਹੁਤ ਸਾਰੇ ਗਾਈਡਡ ਸਾਈਨ ਨੇ। ਇਹ ਤੁਸੀਂ ਜਿੱਦਾਂ ਡਰਾਈਵ ਕਰੋਗੇ ਉਵੇਂ ਤੁਹਾਨੂੰ ਅੱਗੇ ਗਾਈਡਡ ਸਾਈਨ ਬਾਰੇ ਅੱਗੇ ਹੋਰ ਪਤਾ ਚੱਲਦਾ ਰਹੇਗਾ। ਵਾਚ ਫੋਰ ਸਾਈਕਲ, ਇਹ ਬਹੁਤ ਇੰਪੋਰਟੈਂਟ ਹੈ। ਕੀਪ ਟਰੈਕ ਕਲੀਅਰ, ਇਸਦੇ ਬਾਰੇ ਅਸੀਂ ਆਪਾਂ ਵੈਸੇ ਅੱਗੇ ਡਿਸਕਸ ਕਰਾਂਗੇ, ਬਟ ਇਹ ਸਾਈਨ ਤੁਸੀਂ ਦੇਖ ਸਕਦੇ, ਜਿਹੜਾ ਉਹ ਟਰੈਕ ਹੈ ਉਹ ਤੁਸੀਂ ਕਲੀਅਰ ਕਰਨਾ ਹੈ, ਜਿਹੜਾ ਯੈਲੋ ਏਰੀਆ ਮਾਰਕਡ ਹੋਏਗਾ ਉਹ ਤੁਸੀਂ ਕਲੀਅਰ ਰੱਖਣਾ ਹੈ। ਇਹ ਤੁਸੀਂ ਲਿੰਕ ਖੋਲ੍ਹ ਕੇ ਡਿਸਕ੍ਰਿਪਸ਼ਨ ਦੇ ਵਿੱਚੋਂ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ। ਅਗਲਾ ਜਿਹੜਾ ਚੈਪਟਰ ਆਪਣਾ ਆਉਂਦਾ ਹੈ ਟ੍ਰੈਫਿਕ ਲਾਈਟ। ਟ੍ਰੈਫਿਕ ਲਾਈਟ ਬਾਰੇ ਸਾਰਿਆਂ ਨੂੰ ਪਤਾ ਹੀ ਹੈ ਕਿ ਗ੍ਰੀਨ ਦਾ ਮਤਲਬ ਗੋ, ਔਰੇਂਜ ਦਾ ਮਤਲਬ ਬੀ ਕੇਅਰਫੁਲ, ਕਿ ਜੇ ਤੁਸੀਂ ਸਟੋਪ ਕਰ ਸਕਦੇ ਹੋ ਤਾਂ ਸਟੋਪ ਕਰੋ। ਜੇ ਤੁਹਾਨੂੰ ਡਰ ਹੈ ਕਿ ਤੁਹਾਡੇ ਸਟੋਪ ਕਰਨ ਨਾਲ ਪਿਛਲੀ ਗੱਡੀ ਤੁਹਾਡੇ ਆ ਕੇ ਵਿੱਚ ਵੱਜੇਗੀ ਇੱਕਦਮ, ਤੁਸੀਂ ਸਿਗਨਲ ਦੇ ਬਹੁਤ ਨੇੜੇ ਹੋ ਤਾਂ ਤੁਸੀਂ ਕੱਢ ਸਕਦੇ ਹੋ। ਅਤੇ ਰੈੱਡ ਲਾਈਟ ਦਾ ਮਤਲਬ ਸਟੋਪ। ਇਫ ਯੂ ਡਿਸਓਬੇ ਏ ਰੈੱਡ ਔਰ ਯੈਲੋ ਟ੍ਰੈਫਿਕ ਲਾਈਟ, ਯੂ ਮੇ ਰਿਸੀਵ ਐਨ ਇਨਫਰਿਜਮੈਂਟ। ਮਤਲਬ ਜੇ ਤੁਸੀਂ ਯੈਲੋ ਅਤੇ ਰੈੱਡ ਲਾਈਟ ਡਿਸਓਬੇ ਕਰਦੇ ਹੋ ਤਾਂ ਤੁਹਾਨੂੰ ਫਾਈਨ ਮਿਲ ਸਕਦਾ। ਔਰੇਂਜ ਲਾਈਟ ਦਾ ਮਤਲਬ ਸਿਰਫ ਲੰਘ ਜਾਣਾ ਨਹੀਂ ਹੁੰਦਾ। ਔਰੇਂਜ ਲਾਈਟ ਦਾ ਮਤਲਬ ਜਿੱਦਾਂ ਕਿ ਪਹਿਲਾਂ ਮੈਂ ਕਿਹਾ ਕਿ ਜੇਕਰ ਤੁਸੀਂ ਸਟੋਪ ਨਹੀਂ ਹੋ ਪਾ ਰਹੇ, ਤੁਸੀਂ ਬਹੁਤ ਜ਼ਿਆਦਾ ਨੇੜੇ ਹੋ ਅਤੇ ਤੁਹਾਡੇ ਪਿੱਛੇ ਵੀ ਗੱਡੀ ਬਹੁਤ ਜ਼ਿਆਦਾ ਨੇੜੇ ਹੈ ਅਤੇ ਕ੍ਰੈਸ਼ ਹੋਣ ਦੇ ਚਾਂਸ ਨੇ, ਤਾਂ ਤੁਹਾਨੂੰ ਸਟੋਪ ਸਾਈਨ 'ਤੇ ਰੁਕ ਜਾਣਾ ਚਾਹੀਦਾ ਹੈ। ਜਿੱਦਾਂ ਮੈਂ ਪਹਿਲਾਂ ਕਿਹਾ, ਰੈੱਡ ਲਾਈਟ ਦਾ ਮਤਲਬ ਸਟੋਪ। ਹੁਣ ਇੱਥੇ ਤੁਸੀਂ ਦੇਖ ਸਕਦੇ ਕਿ ਆਪਣੀ ਰਾਈਟ ਸਾਈਡ 'ਚ ਆਪਾਂ ਮੁੜ ਰਹੇ ਹਾਂ ਤਾਂ ਆਪਣਾ ਐਰੋ ਰੈੱਡ, ਇੱਥੇ ਵੀ ਰੈੱਡ ਹੈ, ਇੱਥੇ ਗ੍ਰੀਨ ਲਾਈਟ ਹੈ ਬਟ ਐਰੋ ਰੈੱਡ ਹੈ। ਇਸਦਾ ਮਤਲਬ ਜੇਕਰ ਤੁਸੀਂ ਰਾਈਟ ਜਾ ਰਹੇ ਹੋ ਤਾਂ ਤੁਹਾਡੇ ਲਈ ਸਟੋਪ ਹੈ, ਜੇਕਰ ਤੁਸੀਂ ਸਿੱਧਾ ਜਾ ਰਹੇ ਹੋ ਤੁਹਾਡੇ ਲਈ ਗ੍ਰੀਨ ਹੈ। ਸਿੱਧਾ ਜਾਣ ਵਾਲੇ ਡਰਾਈਵ ਕਰ ਸਕਦੇ ਨੇ ਅਤੇ ਪਰ ਜਿਹੜੇ ਰਾਈਟ ਮੁੜ ਰਹੇ ਨੇ, ਜਾਂ ਇੱਥੇ ਫੋਰ ਐਗਜ਼ਾਮਪਲ ਜੇ ਰੈੱਡ ਲੈਫਟ ਦਾ ਐਰੋ ਹੁੰਦਾ, ਸੋ ਜਿਹੜੇ ਲੈਫਟ ਮੁੜ ਰਹੇ ਸੀ ਉਹਨਾਂ ਲਈ ਇਹ ਸਟੋਪ ਦਾ ਸਾਈਨ ਹੈ। ਯੈਲੋ ਲਾਈਟ, ਤੁਸੀਂ ਵੀਡੀਓ ਨੂੰ ਪੋਜ਼ ਕਰਕੇ ਇਹ ਸੈਕਸ਼ਨ ਚੰਗੀ ਤਰ੍ਹਾਂ ਜ਼ਰੂਰ ਪੜ੍ਹਿਓ, ਬਟ ਯੈਲੋ ਲਾਈਨ ਉਹੀ ਕਿ ਤੁਸੀਂ ਜੇਕਰ ਸਟੋਪ ਨਹੀਂ ਕਰ ਪਾ ਰਹੇ ਤਾਂ ਤੁਸੀਂ ਲੰਘ ਜਾਣਾ ਹੈ, ਅਦਰਵਾਈਜ਼ ਤੁਸੀਂ ਟਰਾਈ ਕਰਨੀ ਹੈ ਕਿ ਤੁਸੀਂ ਯੈਲੋ ਲਾਈਟ 'ਤੇ ਸਟੋਪ ਕਰ ਜਾਓ। ਸਿਮੀਲਰਲੀ ਇੱਥੇ ਗ੍ਰੀਨ ਹੈ ਬਟ ਜਿਹੜੇ ਰਾਈਟ ਮੁੜ ਰਹੇ ਨੇ ਉਹਨਾਂ ਲਈ ਇਹ ਐਰੋ ਔਰੇਂਜ ਕਲਰ ਦਾ ਹੈ, ਸੋ ਉਹਨਾਂ ਨੂੰ ਸਟੋਪ ਕਰਨਾ ਪਏਗਾ, ਬਟ ਸਟ੍ਰੇਟ ਜਾਣ ਵਾਲੇ ਡਰਾਈਵ ਕਰ ਸਕਦੇ ਨੇ। ਇੱਥੇ ਇਹ ਐਰੋ ਦੋਨੋਂ ਇਕੱਠੇ ਹੋਏ ਨੇ, ਮਤਲਬ ਦੋਨਾਂ ਨੂੰ ਸਟੋਪ ਕਰਨਾ ਪਏਗਾ। ਇਫ ਇਟ ਇਜ਼ ਅਨਸੇਫ ਟੂ ਸਟੋਪ, ਕਿ ਜੇ ਸਟੋਪ ਕਰਨਾ ਅਨਸੇਫ ਹੈ ਤਾਂ ਤੁਸੀਂ ਲੰਘ ਸਕਦੇ ਹੋ। ਗ੍ਰੀਨ ਲਾਈਟ ਦਾ ਮਤਲਬ ਸਿੰਪਲੀ ਮਤਲਬ ਗੋ। ਹੁਣ ਇੱਥੇ ਤੁਸੀਂ ਦੇਖ ਸਕਦੇ ਕਿ ਰਾਈਟ ਐਰੋ ਵੀ ਗ੍ਰੀਨ ਹੈ, ਸਟ੍ਰੇਟ ਐਰੋ ਵੀ ਗ੍ਰੀਨ, ਦੋਨੋਂ ਸਟ੍ਰੇਟ ਜਾ ਸਕਦੇ ਨੇ, ਇੱਥੇ ਵੀ ਸਾਰੇ ਸਟ੍ਰੇਟ ਜਾ ਸਕਦੇ ਨੇ। ਇੱਥੇ ਬੀ ਮਤਲਬ ਬੱਸ ਜਾਂ ਟੈਕਸੀ ਵਾਲਿਆਂ ਦੀ ਗ੍ਰੀਨ ਲਾਈਟ ਹੋਵੇਗੀ। ਜੇਕਰ ਕਿਸੇ ਕਾਰਨ ਕਰਕੇ ਟ੍ਰੈਫਿਕ ਲਾਈਟ ਖਰਾਬ ਹੋ ਜਾਂਦੀ ਹੈ ਤਾਂ ਜ਼ਿਆਦਾਤਰ ਕੀ ਹੁੰਦਾ ਕਿ ਉੱਥੇ ਪੁਲਿਸ ਆਫਿਸਰ ਜਾਂ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਲਾ ਆ ਜਾਂਦਾ ਹੈ। ਉਹਨਾਂ ਦੇ ਵੀ ਸਾਈਨ ਨੇ ਸਟੋਪ ਵੇਅਰ ਇੰਡੀਕੇਟਡ ਐਂਡ ਵੇਟ, ਉਹਨਾਂ ਨੇ ਕਿਹਾ ਕਿ ਇੱਥੇ ਸਟੋਪ ਕਰੋ, ਇੱਧਰ ਸਟੋਪ ਕਰੋ ਜਾਂ ਉੱਧਰ ਸਟੋਪ ਕਰੋ। ਗੋ ਐਜ ਡਾਇਰੈਕਟਡ, ਜਿੱਦਾਂ ਤੁਹਾਨੂੰ ਡਾਇਰੈਕਸ਼ਨ ਦੇ ਰਿਹਾ ਹੈ ਉੱਦਾਂ ਤੁਸੀਂ ਅੱਗੇ ਡਰਾਈਵ ਕਰਕੇ ਜਾ ਸਕਦੇ ਹੋ। ਸਿਮੀਲਰਲੀ ਸਟੋਪ, ਕਿ ਜੇਕਰ ਤੁਹਾਨੂੰ ਹੱਥ ਖੜ੍ਹਾ ਕਰ ਰਿਹਾ ਕਿ ਇੱਥੇ ਸਟੋਪ ਕਰੋ ਤਾਂ ਇਹ ਤੁਸੀਂ ਦੇਖ ਸਕਦੇ ਹੋ। ਇਹ ਬਹੁਤ ਇੰਪੋਰਟੈਂਟ ਹੈ ਟ੍ਰੈਫਿਕ ਕੰਟਰੋਲਰ, ਇਹਨਾਂ ਦੀ ਡਾਇਰੈਕਸ਼ਨ ਦਾ ਪੂਰਾ ਧਿਆਨ ਰੱਖਣਾ ਹੈ। ਵੈਸੇ ਇਹਨਾਂ ਦੀ ਜਿਹੜੀ ਜੌਬ ਹੈ ਬਹੁਤ ਹਾਰਡ ਹੁੰਦੀ ਹੈ ਕਿਉਂਕਿ ਸਾਰਾ ਦਿਨ ਧੁੱਪ ਦੇ ਵਿੱਚ ਇੱਕ ਜਗ੍ਹਾ 'ਤੇ ਖੜ੍ਹਨਾ, ਬਟ ਇਹਨਾਂ ਦੀ ਜਿਹੜੀ ਪੇ ਸਕੇਲ ਹੈ ਉਹ ਵੀ ਬਹੁਤ ਹਾਈ ਹੁੰਦੀ ਹੈ। ਬਟ ਟ੍ਰੈਫਿਕ ਕੰਟਰੋਲਰ ਦਾ ਪੂਰਾ ਧਿਆਨ ਰੱਖਣਾ ਹੈ, ਸਟੋਪ ਮੀਨਸ ਸਟੋਪ, ਸਲੋ ਜਾਂ ਗੋ ਸਲੋ। ਸਪੀਡ ਲਿਮਿਟ ਦਾ ਬਹੁਤ ਧਿਆਨ ਰੱਖਣਾ ਹੈ। ਸਪੀਡ ਲਿਮਿਟ ਸਿਰਫ ਤੁਹਾਡੇ ਲਈ ਨਹੀਂ ਬਟ ਦੂਸਰੇ ਲੋਕਾਂ ਲਈ ਵੀ ਪ੍ਰੋਬਲਮ ਕ੍ਰੀਏਟ ਕਰ ਸਕਦੇ ਨੇ। ਆਪਾਂ ਇਹ ਰੋਡ ਸ਼ੇਅਰ ਕਰਦੇ ਹਾਂ, ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਰੋਡ ਨੂੰ ਸ਼ੇਅਰ ਕਰਨਾ ਅਤੇ ਸੇਫ ਕਰਨਾ। ਸੋ ਸਾਰਿਆਂ ਦੇ ਅੱਗੇ ਰਿਕੁਐਸਟ ਹੈ ਕਿ ਤੁਸੀਂ ਫਿਊਚਰ ਜਦੋਂ ਆਪਣਾ ਲਾਇਸੈਂਸ ਬਣਾਓਗੇ ਤਾਂ ਸਪੀਡ ਸਾਈਨ ਦੇ ਅਕੋਰਡਿੰਗ ਹੀ ਆਪਣੀ ਸਪੀਡ ਲਿਮਿਟ ਰੱਖਿਓ, ਫਾਸਟ ਨਾ ਜਾਇਓ। ਇਹ ਬਹੁਤ ਹੀ
भयंकर हो सकती है। सिंपली इज सैल्फ एक्सप्लेनेटरी, जो 50 का जोन है तो स्पीड 50 से रखनी है। हम यह क्वेश्चन बहुत कॉमन है कि जेकर 50 का जोन है कि मैं उत्थे 20 रख सकता हाँ, मतलब वह पहला तो क्वेश्चन होएगा कि तुम 50 के जोन के 20 क्यों रखना चाहते हो। जे तो वह रोड बहुत स्लो जा रहा है, उत्थे ट्रैफिक है, सारे ही लोग 10 किलोमीटर पर आवर से जा रहे हैं, तो ऑबियसली तुहानू उत्थे 20 ते जां 10 ते रखनी पेगी। बट जे तुसी बिना विजे बिना किसी वजह अननेसैसरी अपनी स्पीड स्लो कर रहे हो, इहदा मतलब तुसी दूसरे लोगों वास्ते ट्रैफिक जाम क्रिएट कर रहे हो, तो यह सेफ नहीं है। दूसरे लोगों का टाइम वेस्ट करना सही नहीं है, क्योंकि आस्ट्रेलिया दे विच टाइम की एक बहुत इंपोर्टेंस है। तो मैं ही सुजैसट करा कि तुसी अपनी स्पीड 50 ते रखने की ट्राई करो। जे तुहानू डर है कि तुहाडी स्पीड ज़्यादा हो जाएगी, तुसी 45 तो लैके 49 दे विच अपनी स्पीड रख सकते हो। बट जे तुसी 50 दे जोन दे विच इस तो नीचे जाओगे तो ऑबियसली तुसी बाकी लोगों लिए एक मुश्किल पैदा कर रहे हो। बिल्डअप एरिया जिहड़े हुंदे ने जिथे कि आले दुआले घर हुंदे ने, जिद्दां तुसी रैड एरो देख सकते हो, रैड टिक देख सकते हो, यह बिल्डअप एरिया है। इत्थे स्पीड लिमिट जेकर कोई साइन नहीं भी तां वी इत्थे स्पीड लिमिट 50 दी होवेगी। तो जे आले दुआले घर ने तुहानू कोई स्पीड साइन नहीं देख रहा, इहदा मतलब उत्थे स्पीड लिमिट 50 किलोमीटर पर आवर है। आ देखो आउटसाइड बिल्टअप एरिया, जेकर तुहानू साइन नहीं दिख रहा तां डिफॉल्ट जिहड़ी स्पीड है वह 100 किलोमीटर पर आवर है। एरिया स्पीड जोन वह जिद्दां मैं पहलां कहा कि तुसीं इदां नॉर्मल रोड पर जा रहे हो, कुछ एरिए दे विच फॉर एग्जाम्पल इन्ने एरिए दे विच जिहड़ी स्पीड है वह 40 किलोमीटर हो सकती है। फॉर एग्जाम्पल तुसीं इत्थे 60 ते जा रहे सी, तो इस एरिए दे विच स्पीड 40 किलोमीटर है, तो यह एरिया स्पीड जोन हो गया। बस एरिए दे विच इन्नी स्पीड होएगी, उस तो बाद जिथे एंड 40 एरिया आ जाएगा उत्थे स्पीड तुहाडी नॉर्मल चली जाएगी। वेरीएबल स्पीड जोन यह इदा डिस्प्ले लगी होएगी ट्रैफिक के अनुसार, ट्रैफिक के स्कैन के हिसाब से यह स्पीड चेंज होती रही है। कई बार यह 90 होती है, कई बार 60 होती है, कई बार 40 हो जाती है, कई बार 100 हो जाती है। बट ये थले कई बार एक बोर्ड लगा होंगे, उत्ते लिखे होंगे कि जे यह साइन ब्लैंक है जी डिफॉल्ट स्पीड है वह एक स्पीड लिमिट लिखी होगी कि वो स्पीड लिमिट है। स्कूल जोन ये बारे डिस्कस कर चुके हाँ, सवेरे 7 तो लैके सवेरे 9 बजे तक, दोपहरे 2 बजे तो लैके शामी 4 बजे तक जो स्पीड है मंडे टू फ्राइडे वह 40 किलोमीटर पर आवर है। प्लस उन्होंने स्कूल डेज लिखा है, जेकर पब्लिक होलीडेज ने या स्कूल होलीडेज ने उदे च यह रूल अप्लाई नहीं होएगा। वार्निंग साइन एंड एडवाइजरी स्पीड लिमिट, यह साइन तुहानू रेकमेंडेड स्पीड दसदा है। यह दसदा कि जिथे तुहानू स्पीड लिमिट टैंपरेरी तुहानू रिड्यूस करनी पेगी। डिटेल दे विच मैं वार्निंग साइन का लिंक थले पा देना, तुसीं पढ़ सकते। मैं सुजैसट करांगा कि वार्निंग साइन नू फॉलो करना चाहिए है, तुसीं नॉर्मल स्पीड उत्थे रख के जा सकते हो।